ਹੈਲੋ ਫਰੈਂਡਸ ਆਪ ਜੀ ਦਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ETT ਅਤੇ Master Cater ਦੇ ਜਿਹੜਾ ਅਫੀਸ਼ੀਅਲ ਵੈਬਸਾਈਟ ਹੈ at one is education equipment board ਇੱਥੇ ਇੱਕ ਹੋਰ ਸਰਕੂਲਰ ਅਪਡੇਟ ਹੋਇਆ ਉਹ ਸਰਕੂਲਰ ਹੈ ਕੀ ਹੈ? ਉਹਦੇ ਲਈ ਆਪਾਂ ਵੈਬਸਾਈਟ ਤੇ ਵਿਜ਼ਿਟ ਕਰਦੇ ਹਾਂ। ਵਿਜ਼ਿਟ ਕਰਨ ਤੋਂ ਬਾਅਦ ਤੁਸੀਂ نیچے ਸਕਰੋਲ ਡਾਊਨ ਕਰਨਾ ਹੈ। ਲੇਟੈਸਟ ਇਕਵਿਪਮੈਂਟ ਤੇ ਆਉਣਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ETT ਦਾ ਲਿੰਕ ਮਿਲੂਗਾ ਤੇ ਪਰ ਤੁਸੀਂ ਕਲਿੱਕ ਕਰ ਦੇਣਾ ਹੈ। ਆ ਦੇਖੋ 13 ਤਰੀਕ ਦਾ ਇੱਕ ਇੱਥੇ ਮਿਲਿਆ ਹੋਇਆ ਪਬਲਿਕ ਨੋਟਿਸ ਰਿਗਾਰਡਿੰਗ ਐਕਸਟੈਂਸ਼ਨ ऑफ डेट फॉर रजिस्ट्रेशन ठीक है जी ਜਿਹੜੇ ਕੈਂਡੀਡੇਟਸ ਰਹਿ ਗਏ ਸੀ ਡਿਊ ਟੂ ਸਮ ਰੀਜਨਸ ਉਹ ਨਹੀਂ ਆਨਲਾਈਨ ਰਜਿਸਟਰ ਕਰ ਸਕੇ ਸੀ ਉਹਨਾਂ ਵਾਸਤੇ ਪੜਦੇ ਹੈ ਕਿ ਆ ਜੀ ਦੱਸਿਆ ਹੋਇਆ ਅੱਜ ਦਾ ਲੈਟਰ 13 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਦਫਤਰ ਸਿਖਿਆ ਪ੍ਰਤੀ ਵਿਭਾਗ ਡਾਇਰੈਕਟਡ 2364 TTD ਦੀਆਂ ਪੋਸਟਾਂ ਭਰਨ ਵਿਗਿਆਪਨ ਦਿੱਤਾ ਗਿਆ ਸੀ ਹੁਣ ਇਸ ਦਫਤਰ ਨੂੰ ਵਕ ਵਕ ਠੀਕ ਹੈ ਜੀ ਪ੍ਰਤੀ ਬੇਨਤੀਆਂ ਮਿਲ ਰਹੀਆਂ ਹਨ ਅਤੇ ਵਕ ਵਕ ਕਰਨਾ ਕਰਕੇ ਉਪਲਾਭੀ ਨਹੀਂ ਕਰ ਸਕਦੇ ਬਿਕੋਜ਼ ਪੈਨਲ ਤੁਹਾਨੂੰ ਪਤਾ ਬੰਦ ਹੋ ਗਿਆ ਹੈ ਸੁਇਨਾ ਵੈਂਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਕੀ ਕੀਤਾ ਹੈ 16 11 ਮਿੰਟੂ ਸੇ 16 ਨਵੰਬਰ ਤੋਂ ਲੈ ਕੇ 17 ਨਵੰਬਰ ਇਹ ਦੋ ਦਿਨ ਹੈ ਤੁਹਾਡੇ ਜਿਸ ਦਿਨ ਇਹਨਾਂ ਨੇ ਪੈਨਲ ਫਿਰ ਤੋਂ ਆਪਨ ਕਰਨਾ ਹੈ ਇਸ ਲਈ ਜਿਹੜੇ ਉਮੀਦਵਾਰ ਨੇ ਅਪਲਾਈ ਕਰਨਾ ਹੈ ਉਹ ਅਪਲਾਈ ਕਰ ਸਕਦੇ ਨੇ ਇਹ ਅਪਲਾਈ ਕਰਨ ਵਾਲੀ ਉਮੀਦਵਾਰ ਲਈ ਆਖਰੀ ਮੌਕਾ ਹੋਵੇਗਾ ਬਾਕੀ ਸ਼ਰਤਾਂ ਅਤੇ ਬੰਨਾਂ ਵਿਭਾਗ ਦੀ ਵੈਬਸਾਈਟ ਤੇ ਅਵੇਲੇਬਲ ਰਹਿਣਗੀਆਂ ਤੇ ਬਾਕੀ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਆ ਉਹ ਪਹਿਲੇ ਤੋਂ ਹੀ ਜੋ ਗਾਈਡਲਾਈਨਸ ਸੀਗੀਆਂ ਇਸ਼ੂ ਹੋਈਆਂ ਸੀ ਵੈਬਸਾਈਟ ਤੇ ਉਹ ਦੇ ਅਕੋਰਡਿੰਗ ਹੋਣਗੀਆਂ ਜੀ ਸੋ ਕਾਫੀ ਗੁੱਡ ਨਿਊਜ਼ ਹੈ ਜੀ ਟੀਟੀ ਵਾਲ ਜੇ ਦੋਹੀ ਇਧਰ ਦਾ ਨਿਊ ਕੋਈ ਲੇਟਸ ਅਪਡੇਟ ਆਂਦਾ ਹੈ ਮੈਂ ਜਲਦੀ ਹੀ ਵੈਬਸਾਈਟ ਤੇ ਵਿਜ਼ਿਟ ਕਰ ਦੂੰਗਾ ਉਸਦੇ ਲਈ ਸਾਡੇ ਨਾਲ ਜੁੜੇ ਰਹੋ ਟੈਕਨੀਕਲ ਅਪਡੇਟਸ ਵਾਸਤੇ ਅਗਰ ਤੁਹਾਡੀ ਫੀਸ ਕਨਫਰਮ ਨਹੀਂ ਹੋਈ ਫਾਰਮ 'ਚ ਕੋਈ ਗਲਤੀ ਹੋ ਗਈ ਹੈ ਜਾਂ ਅਦਰ ਰੀਜ਼ਨਸ ਵਾਸਤੇ ਤੁਸੀਂ ਫਾਰਮ ਦੇ ਵਿੱਚ ਕੋਈ ਅਪਡੇਸ਼ਨ ਨਹੀਂ ਕਰਾ پا ਰਹੇ ਜ਼ਰੂਰ ਸਾਡੇ ਨਾਲ ਕੰਟੈਕਟ ਕਰੋ ਅਤੇ ਉਹਦਾ ਤੁਹਾਨੂੰ ਸੋਲੂਸ਼ਨ ਜ਼ਰੂਰ ਮਿਲੂਗਾ ਜੀ ਅਗਰ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਜ਼ਰੂਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫਰੈਂਡਸ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ